ਸਲਾਮ ਅਲੈਕੁਮ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਇੱਕ ਨਵੇਂ ਪੰਜਾਬੀ ਵਲੌਗ 'ਚ ਖੁਸ਼ ਆਮਦੀਦ ਮਾਸ਼ਰੇ ਦੇ ਅੰਦਰ ਇੱਕ ਬੜੀ ਵੱਡੀ ਮਿਥ ਹੈਗੀ ਏ ਇੱਕ ਬੜਾ ਵੱਡਾ ਜਿਹੜਾ ਹੈਗਾ ਨਾ ਵਹਿਮੀਪਨ ਹੈਗਾ ਕਿ ਪੜ ਲਿਖ ਕੇ ਸਿਰਫ ਔਰ ਸਿਰਫ ਨੌਕਰੀ ਕਰਨੀ ਹੈ ਕੋਈ ਆਪਣਾ ਕਾਰੋਬਾਰ ਨਹੀਂ ਕਰਨਾ ਹੈਗਾ ਕਿਉਂ ਅਗਰ ਜੇ ਤੁਹਾਡੇ ਅੰਦਰ ਸ਼ੌਕ ਹੈ ਕਾਰੋਬਾਰ ਕਰਨ ਦਾ ਤੁਸੀਂ ਪੜ੍ਹ ਲਿਖੇ ਵੀ ਨਹੀਂ ਜੇ ਤੇ ਤੁਸੀਂ ਸ਼ੁਰੂ ਕਰੋ ਫਿਰ ਔਰ ਅਗਰ ਤੁਸੀਂ ਪੜ੍ਹ ਲਿਖ ਗਏ ਹੋ ਤੇ ਤੁਹਾਡਾ ਨੌਕਰੀ ਕਰਨ ਨੂੰ ਦਿਲ ਨਹੀਂ ਕਰਦਾ ਤੇ ਫਿਰ ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰ ਲਵੋ ਔਰ ਹੁੰਦਾ ਕੀ ਏ ਕਿ ਅਗਰ ਉਹ ਬੰਦਾ ਇਹ ਸੋਚ ਹੀ ਲੈਂਦਾ ਕਿ ਮੈਂ ਕੋਈ ਕਾਰੋਬਾਰ ਸ਼ੁਰੂ ਕਰ ਲੈਣਾ ਵਾ ਤੇ ਫਿਰ ਉਹ ਇਹ ਸੋਚਣਾ ਸ਼ੁਰੂ ਕਰ ਦਿੰਦਾ ਕਿ ਲੋਕੀ ਮੇਰੇ ਬਾਰੇ ਕੀ ਖਿਆਲ ਕਰਨਗੇ ਕਿ ਹੁਣ ਮੈਂ ਐ ਕੰਮ ਕਰਾਂਗਾ ਪੜ੍ਹ ਲਿਖ ਕੇ ਨਹੀਂ ਪੜ੍ਹ ਲਿਖ ਕੇ ਤੁਸੀਂ ਅਗਰ ਉਹ ਕੰਮ ਕਰੋਗੇ ਜੋ ਤੁਹਾਡਾ ਸ਼ੌਕ ਹੈ ਤੇ ਫਿਰ ਤੁਸੀਂ ਅੱਗੇ ਵਧ ਜਾਓਗੇ ਤੁਸੀਂ ਕਾਮਯਾਬ ਹੋਈਓਗੇ ਪਬਲਿਕ ਰਿਲੇਸ਼ਨ ਐਡਵਰਟਾਈਜ਼ਿੰਗ ਮੈਂ ਪੜ੍ਹੀ ਕਿ ਆਪਣੇ ਕਾਰੋਬਾਰ ਨੂੰ ਕਿਵੇਂ ਤੁਸੀਂ ਗਰੋ ਕਰਨਾ ਹੈ ਕਿਵੇਂ ਤੁਸੀਂ ਅੱਗੇ ਵਧਾਣਾ ਹੈ ਤੇ ਫਿਰ ਉਹ ਮੈਂ ਆਪਣੇ ਕਾਰੋਬਾਰ ਦੇ ਅੰਦਰ ਲਾਈ ਤੇ ਅੱਜ ਮੈਂ ਬੜਾ ਇੰਜੋਏ ਕਰ ਰਿਹਾ ਹਾਂ ਔਰ ਨਾਲ ਹੀ ਮੈਂ ਵੀਡੀਓਜ਼ ਵਗੈਰਾ ਬਣਾਨਾ ਵਾ ਕਿਉਂਕਿ ਮੈਂ ਸਹਾਫਤ ਪੜ੍ਹੀਏ ਆਪਣੇ ਡਿਪਾਰਟਮੈਂਟ ਦੇ ਅੰਦਰ ਸਾਰੀ ਜਰਨਲਿਜ਼ਮ ਮੈਂ ਸਟੱਡੀ ਕੀਤੀ ਇਸ ਲਈ ਮੈਂ ਵੀਡੀਓਜ਼ ਬਣਾਨਾ ਵਾ ਹੁਣ ਮੈਂ ਆਪਣੀ ਮਿਸਾਲ ਤੁਹਾਡੇ ਸਾਹਮਣੇ ਰੱਖੀਏ ਕਿ ਮੈਂ ਖੁਸ਼ ਨਹੀਂ ਸੀ ਤਾਂ ਇਸ ਲਈ ਮੈਂ ਬਿਜ਼ਨਸ ਆਪਣਾ ਸ਼ੁਰੂ ਕੀਤਾ ਹੈ ਅਗਰ ਤੁਸੀਂ ਡਾਕਟਰ ਜੀ ਜਿਵੇਂ ਕਿ ਤੁਸੀਂ ਡਾਕਟਰ ਅਫਾਨ ਕੈਸਰ ਨੂੰ ਵੇਖ ਲਓ ਉਹ ਕਿ ਉਹ ਇੱਕ ਡਾਕਟਰ ਹੈ ਲੇਕਿਨ ਉਹ ਨਾਲ ਨਾਲ ਵੀਡੀਓਜ਼ ਬਣਾਉਂਦਾ ਹੈ ਕਿਉਂ ਕਿ ਉਹ ਥੋੜਾ ਜਿਹਾ ਐਕਸਪਲorer ਹੈ ਉਹ ਥੋੜਾ ਜਿਹਾ ਕ੍ਰੀਏਟਿਵ ਪਰਸਨ ਹੈ ਕਿ ਉਹ ਆਪਣੀ ਵੀਡੀਓਜ਼ ਵਗੈਰਾ ਵੀ ਬਣਾਉਂਦਾ ਹੈ ਕਿਉਂਕਿ ਉਹ ਡਾਕਟਰ ਹੈ ਬਾਕੀ ਜਿਵੇਂ ਡਾਕਟਰ ਤੁਸੀਂ ਵੇਖ ਲਓ ਉਹ ਸਿਰਫ ਉਹ ਸਿਰਫ ਆਪਣੀ ਜੌਬ ਕਰਦੇ ਨੇ ਹਸਪੀਟਲ ਦੇ ਅੰਦਰ ਜਾਂ ਆਪਣੇ ਕਲੀਨਿਕ ਦੇ ਅੰਦਰ ਲੇਕਿਨ ਡਾਕਟਰ ਅਫਾਨ ਕੈਸਰ ਜਿਹੜਾ ਹੈਗਾ ਉਹ ਨਾਲ ਨਾਲ ਵੀਡੀਓਜ਼ ਬਣਾਉਂਦਾ ਹੈ ਡਿਫਰੈਂਟ ਟੌਪਿਕਸ ਤੇ ਹੁਣ ਉਹ ਇਹ ਕਹਵੇ ਕਿ ਮੈਂ ਡਾਕਟਰ ਹਾਂ ਮੈਂ ਵੀਡੀਓਜ਼ ਨਾ ਬਣਾਵਾਂ ਤੇ ਫਿਰ ਉਹ ਬੋਰ ਹੋਈਏਗਾ ਇਸੇ ਤਰ੍ਹਾਂ ਹੀ ਤੁਸੀਂ ਕੁਝ ਵੀ ਕਰ ਰਹੇ ਹੋ ਤੁਸੀਂ ਇੱਕ ਬਿਜ਼ਨਸਮੈਨ ਜੇ ਤੁਸੀਂ ਇੱਕ ਜੌਬ ਕਰ ਰਹੇ ਹੋ ਤੁਸੀਂ ਕੁਝ ਵੀ ਕਰ ਰਹੇ ਹੋ ਤੁਹਾਡਾ ਜੋ ਦਿਲ ਕਰਦਾ ਤੁਸੀਂ ਉਹ ਕਰੋ ਕਿਉਂਕਿ ਤੁਸੀਂ ਅਗਰ ਉਹ ਸਭ ਕੁਝ ਕਰਨ ਲੱਗ ਪਏ ਕਿ ਜੋ ਤੁਹਾਡੇ ਅੰਦਰ ਹੈ ਤੁਸੀਂ ਤੁਹਾਡੇ ਅੰਦਰੋਂ ਇੱਕ ਐਸਾ ਇਨਸਾਨ ਬਾਹਰ ਆਏਗਾ ਤੁਹਾਡੇ ਅੰਦਰੋਂ ਇੱਕ ਐਸੀ ਚੀਜ਼ ਬਾਹਰ ਆਏਗੀ ਜਿਹੜੀ ਸਾਡੇ ਸਰ ਨਹੀਂ ਹੋਏਗੀ ਔਰ ਪਾਕਿਸਤਾਨ ਚ ਐਸੇ तमाम ਲੋਕਾਂ ਦੀ ਜ਼ਰੂਰਤ ਹੈ ਕਿ ਜਿੰਨਾ ਦੇ ਅੰਦਰ ਕੋਈ ਚੀਜ਼ ਹੈ ਕੁਝ ਹੋਰ ਰੱਖਦੇ ਨੇ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤੀਆਂ ਨੇ ਕਿ ਤੁਸੀਂ ਜਿਹੜਾ ਹੈਗਾ ਨਾ ਉਹ ਸਭ ਕੁਝ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਾਰੋਬਾਰ ਕਰਨਾ ਹੈ ਕਾਰੋਬਾਰ ਕਰੋ ਤੁਸੀਂ ਅਗਰ ਸਟੱਡੀ ਕਰਕੇ ਕੋਈ ਇੱਕ ਐਸੀ ਨਵੀਂ ਚੀਜ਼ ਕ੍ਰੀਏਟ ਕਰਨਾ ਚਾਹੁੰਦੇ ਹੋ ਕਿ ਇਹ ਨਹੀਂ ਕਰਨਾ ਕਿ ਤੁਸੀਂ ਸੋਸ਼ਲ ਮੀਡੀਆ ਤੇ ਟਿਕਟੌਕ ਤੇ ਤੁਸੀਂ ਉਹ ਜਿਸ ਤਰ੍ਹਾਂ ਅੱਜਕੱਲ ਕੰਟੈਂਟ ਵਲਗੈਰਿਟੀ ਔਰ ਫੈਮਿਲੀ ਵਲੋਗਿੰਗ ਔਰ ਇਹ ਉਹ ਚੱਲ ਰਿਹਾ ਤੁਸੀਂ ਇਹ ਕਰਨਾ ਸ਼ੁਰੂ ਕਰ ਦੋ ਤੁਸੀਂ ਕੋਈ ਅੱਛਾ ਕੰਟੈਂਟ ਲੈ ਕੇ ਆਓ ਠੀਕ ਹੈ ਔਰ ਤੁਸੀਂ ਕੋਈ ਉਹ ਤੁਸੀਂ ਬਿਜ਼ਨਸ ਸਟਾਰਟ ਕਰੋ ਜਾਂ ਤੁਸੀਂ ਉਹ ਚੀਜ਼ ਕਰੋ ਕਿ ਜਿੰਦੇ ਅੰਦਰ ਤੁਹਾਨੂੰ ਇੰਟਰਸਟ ਹੈਗਾ ਅੱਜ ਵਾਸਤੇ ਸਿਰਫ ਇੰਨੇ ਹੀ ਸੀ ਮਿਲਾਂਗੇ ਅਗਲੇ ਵਲੌਗਸ ਆਪਣਾ ਖਿਆਲ ਰੱਖਣਾ ਖਾਲਾਫੀਸ